ਉਹ ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਫਾਈਨਲੀ ਉਹ ਦਿਨ ਆ ਗਿਆ ਜਿਸ ਦਿਨ ਦਾ ਸਭ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਜਦੋਂ ਦਾ ਯੂਟਿਊਬ ਦੇ ਉੱਪਰ ਇੱਕ ਸੰਧੂ ਹੁੰਦਾ ਸੀ ਮੂਵੀ ਦਾ ਟ੍ਰੇਲਰ ਆਇਆ ਹੋਇਆ ਸੀ ਤਾਂ ਸਾਰਿਆਂ ਦੀ ਐਕਸਾਈਟਮੈਂਟ ਵੱਧ ਚੁੱਕੀ ਸੀ ਕਿ ਪਹਿਲੀ ਵਾਰੀ ਐਡੀ ਵੱਡੀ ਕਾਸਟ ਅਤੇ ਐਡੇ ਵੱਡੇ ਬਜਟ ਦੀ ਪੰਜਾਬੀ ਫਿਲਮ ਆਉਣ ਵਾਲੀ ਹੈ ਅਤੇ ਇਹਦੇ ਵਿੱਚ ਕੀ ਹੋਊਗਾ। ਅਤੇ ਫਾਈਨਲੀ ਅੱਜ ਉਹ ਦਿਨ ਆ ਗਿਆ, ਅਸੀਂ ਪਹੁੰਚੇ ਹੋਏ ਹਾਂ ਲਾਂਟੇ ਮਾਲ ਚੰਡੀਗੜ੍ਹ ਵਿਖੇ ਜਿੱਥੇ ਇਸ ਫਿਲਮ ਦਾ ਸ਼ੋਅ ਖਤਮ ਹੋਣ ਵਾਲਾ ਆ ਅਤੇ ਆਡੀਅੰਸ ਇਸ ਫਿਲਮ ਨੂੰ ਦੇਖ ਕੇ ਬਾਹਰ ਆ ਰਹੀ ਆ। ਆਪਾਂ ਆਡੀਅੰਸ ਦੇ ਨਾਲ ਲੱਗਿਆ ਗੱਲਬਾਤ ਕਰਨ ਤੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਫਿਲਮ ਕਿਹੋ ਜਿਹੀ ਲੱਗੀ, ਕਿਹੋ ਜਿਹਾ ਲੱਗਾ ਨੇਹਾ ਸ਼ਰਮਾ ਜੀ ਦਾ, ਕਿਹੋ ਜਿਹਾ ਲੱਗਾ ਗਿੱਪੀ ਗਰੇਵਾਲ ਜੀ ਦਾ ਕਿਰਦਾਰ, ਕਿਹੋ ਜਿਹਾ ਲੱਗਾ ਇਸ ਫਿਲਮ ਦਾ ਐਕਸ਼ਨ। ਅਤੇ ਆ ਜਾਓ ਆਪਾਂ ਚੱਲੀਏ ਅਤੇ ਆਪਾਂ ਪੁੱਛਦੇ ਆਡੀਅੰਸ ਤੋਂ ਕਿਵੇਂ ਲੱਗੀ ਉਹਨਾਂ ਨੂੰ ਇੱਕ ਸੰਧੂ ਹੁੰਦਾ ਸੀ। ਆ ਜਾਓ, ਕਿਵੇਂ ਲੱਗੀ ਤੁਹਾਨੂੰ? ਬਹੁਤ ਅੱਛੀ। ਸਭ ਤੋਂ ਵਧੀਆ ਚੀਜ਼ ਮੂਵੀ ਦੀ? ਵਿਲਨ। ਵਿਲਨ ਵਿਕਰਮ ਸਰ। ਮੂਵੀ ਕੇ ਸੌਂਗਸ ਔਸਮ, ਸੌਂਗ ਗਾਲਿਬ ਸੌਂਗ ਵਾਸ ਔਸਮ। ਆ ਜਾਓ ਇੱਧਰ ਆ ਜਾਓ। ਹਾਂਜੀ, ਬਹੁਤ ਅੱਛੀ ਮੂਵੀ ਹੈ ਔਰ ਗਿੱਪੀ ਗਰੇਵਾਲ ਜੀ ਨੇ ਬਹੁਤ ਵਧੀਆ ਕੰਮ ਕੀਤਾ। ਤੁਹਾਨੂੰ ਕਿਵੇਂ ਲੱਗੀ? ਇਟਸ ਅ ਰੀਅਲੀ ਨਾਈਸ ਮੂਵੀ ਐਂਡ ਦ ਰੋਲ ਆਫ ਦ ਗਿੱਪੀ ਗਰੇਵਾਲ ਇਜ਼ ਆਲਸੋ ਕੁਆਇਟ ਗੁੱਡ ਐਂਡ ਹੀਰੋਇਨ। ਸਰ ਆਊਟ ਆਫ 5 ਰੇਟਿੰਗ ਕਿੰਨੀ? ਸਰ ਬਹੁਤ ਐਕਸਾਈਟਡ, ਬਹੁਤ ਵਧੀਆ। ਗਿੱਪੀ ਦੀ ਮੂਵੀ ਮੇਲ ਕਰਾ ਦੇ ਰੱਬਾ ਪੱਲੇ ਆਈ ਸੀਗੀ ਐਕਸ਼ਨ ਮੂਵੀ, ਉਸ ਤੋਂ ਬਾਅਦ ਅੱਜ ਆਈ ਹੈ ਐਕਸ਼ਨ ਮੂਵੀ, ਫੈਂਟੈਸਟਿਕ ਮੂਵੀ। ਤਾਂ ਵੀ ਦਿਲ ਕਰਦਾ ਹੁਣ ਕਿਸੇ ਨੂੰ ਕੁੱਟਣ ਨੂੰ? ਨਹੀਂ ਨਹੀਂ ਭਰਾਵਾ, ਆਪਣਾ ਢਾ ਲਈਏ, ਬਹੁਤ ਵੱਡੀ ਗੱਲ ਹੈ। ਥੈਂਕ ਯੂ ਸਰ। ਮੈਮ ਕਿਵੇਂ ਲੱਗੀ? ਵੈਰੀ ਨਾਈਸ। ਬਹੁਤ ਬੜੀਆ, ਬਹੁਤ ਅੱਛੀ ਫਿਲਮ। ਬੈਸਟ ਜੀ? ਬੈਸਟ ਬੈਸਟ, ਸਭ ਤੋਂ ਬੈਸਟ ਜੀ, ਬਹੁਤ ਜ਼ਿਆਦਾ। ਕਿਵੇਂ ਲੱਗੀ? ਔਸਮ, ਗ੍ਰੇਟ, ਬਹੁਤ ਵਧੀਆ, ਬਹੁਤ ਸਰ। ਕਿਵੇਂ ਲੱਗੀ? ਬਹੁਤ ਵਧੀਆ ਜੀ। ਅਜੀ ਕਿਵੇਂ ਲੱਗੀ? ਭਾਜੀ ਬਹੁਤ ਵਧੀਆ ਫਿਲਮ ਸੀ, ਐਕਸ਼ਨ ਫਿਲਮ ਦਾ ਬਹੁਤ ਅਲਟੀਮੇਟ ਐਕਸ਼ਨ ਸੀ। ਗਿੱਪੀ ਭਾਈ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਬੋਲੀ ਭਾਈ ਨੇ ਬਹੁਤ ਕੋਮਿਕ ਰੋਲ ਨਿਭਾਇਆ। ਆਊਟ ਆਫ 5 ਕਿੰਨੇ ਸਟਾਰ? 5 to 5, ਬਹੁਤ ਵਧੀਆ ਲੱਗੇ ਜੀ, ਬਹੁਤ। ਸਭ ਤੋਂ ਬੈਸਟ ਚੀਜ਼ ਨੇਹਾ ਸ਼ਰਮਾ ਜੀ, ਬਹੁਤ ਵਧੀਆ ਜੀ। ਗਿੱਪੀ ਗੁੱਡ ਮੂਵੀ, ਐਕਸ਼ਨ ਬਹੁਤ ਘੈਂਟ। ਆਊਟ ਆਫ 5 ਕਿੰਨੇ ਸਟਾਰ? 4 5 5 5 ਗਰੇਵਾਲ ਸਾਹਿਬ ਕਿੰਨੇ ਸਟਾਰ ਆਊਟ ਆਫ 5? 5.5 5.5 ਨਹੀਂ 10.5 ਕਿਵੇਂ ਲੱਗੀ? ਬਹੁਤ ਸੋਹਣੀ ਲੱਗੀ ਜੀ, ਬਹੁਤ ਸੋਹਣੀ, ਮਜ਼ਾ ਆ ਗਿਆ। ਮਜ਼ਾ ਆ ਗਿਆ। ਕਿਵੇਂ ਲੱਗੀ ਮੂਵੀ? ਬਹੁਤ ਵਧੀਆ, ਅਲਟੀਮੇਟ। ਦਿਲ ਖੁਸ਼ ਹੋ ਗਿਆ, ਦਿਲ ਖੁਸ਼ ਹੋ ਗਿਆ ਡਾਇਲੋਗ ਸੁਣ ਕੇ, ਸਟੋਰੀ ਦਾ ਰੇ ਮਜ਼ਾ ਆ ਗਿਆ। ਯੂਨੀਵਰਸਿਟੀ ਦੋ ਹੀ ਚੀਜ਼ਾਂ ਚੱਲਦੀ ਨਾ? ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ ਬਹੁਤ ਵਧੀਆ ਸੀਗੀ ਜੀ, ਮਜ਼ਾ ਆ ਗਿਆ, ਬਹੁਤ ਵਧੀਆ ਜੀ, ਬਹੁਤ ਵਧੀਆ। ਆਊਟ ਆਫ 5 ਕਿੰਨੇ ਸਟਾਰ? 5+ ਰੇਟਿੰਗ ਹੈ ਜੀ ਮੂਵੀ ਦੀ। 5+ ਰੇਟਿੰਗ, ਬਿਲਕੁਲ। 10 ਕਰ ਦੀ? 10 ਕਰ। ਥੈਂਕ ਯੂ ਸੋ ਮਚ। ਕਿਵੇਂ ਲੱਗੀ? ਬਹੁਤ ਵਧੀਆ। ਤੇ ਸਭ ਤੋਂ ਬੈਸਟ ਸੰਧੂ? ਸੰਧੂ, ਥੈਂਕ ਯੂ ਸੋ ਮਚ। ਮੇਰੀ ਜ਼ਿੰਦਗੀ ਦੀ ਕਹਾਣੀ ਮੇਰੇ ਸਾਹਮਣੇ, ਐਂ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਦੀ ਕਹਾਣੀ ਮੇਰੇ ਸਾਹਮਣੇ ਹੈ, ਕਿਉਂਕਿ ਮੇਰੇ ਹਸਬੈਂਡ ਵੀ ਇੱਦਾਂ ਦੇ ਹੀ ਨੇ। ਇੱਦਾਂ ਹੀ ਲੈ ਕੇ ਗਏ ਸੀ ਤੁਹਾਨੂੰ ਵੀ? ਉਹ ਇੱਦਾਂ ਹੀ ਹੈ, 3-4 ਦਿਨ ਪੁਰਾਣੀ ਗੱਲ ਹੈ, ਦੈਟਸ ਆਲ। ਥੈਂਕ ਯੂ ਸੋ ਮਚ। ਫਿਲਮ ਅੱਛੀ ਲੱਗੀ? ਹਾਂਜੀ। ਡਾਇਲੋਗ ਯਾਦ? ਯੂਨੀਵਰਸਿਟੀ ਦੋ ਹੀ ਚੀਜ਼ਾਂ ਚੱਲਦੀਆਂ, ਕਿਤਾਬਾਂ ਦੇ ਦੂਜਾ ਸੰਧੂ ਦਾ ਨਾਂ। ਕਿਵੇਂ ਲੱਗੀ ਜੀ ਇੱਕ ਸੰਧੂ? ਬਹੁਤ ਬਹੁਤ ਨਾਈਸ ਮੂਵੀ ਸੀ, ਬਹੁਤ ਅੱਛੀ ਲੱਗੀ। ਸਭ ਤੋਂ ਵਧੀਆ ਚੀਜ਼ ਫਿਲਮ? ਲਾਈਕ ਫਰੈਂਡਸ਼ਿਪ ਉਨਕੀ ਬਹੁਤ ਅੱਛੀ ਸੀ ਔਰ ਲਾਈਕ ਬਹੁਤ ਡੇਅਰਿੰਗ ਰੋਲ ਕੀਆ ਗਿੱਪੀ ਸਰ ਨੇ, ਮਤਲਬ ਬਹੁਤ ਔਸਮ ਸੀ। ਨੇਹਾ ਸ਼ਰਮਾ ਫਸਟ ਟਾਈਮ ਪੰਜਾਬੀ ਮੂਵੀ ਕਰ ਰਹੀ ਸੀ, ਕਿਹੋ ਜਿਹਾ ਲੱਗ ਰਿਹਾ ਸੀ ਸਕਰੀਨ? ਬਹੁਤ ਅੱਛੀ ਲੱਗ ਰਹੀ ਸੀ, ਬਹੁਤ ਬਿਊਟੀਫੁਲ ਹੈ, ਹਾਈਟ ਇੱਕ ਪੰਜਾਬੀ ਜਟਨੀ ਹੋਤੀ ਹੈ ਵੈਸੇ ਲੱਗਦੀ ਹੈ। ਤੁਸੀਂ ਕੀ ਕਹਿਣਾ ਚਾਹੋ? ਐਕਸ਼ਨ ਥਾ ਮੂਵੀ ਮੇਂ, ਬਹੁਤ ਅੱਛਾ ਲਗਾ ਕਿ ਫਸਟ ਟਾਈਮ ਦੇਖਾ ਗਿੱਪੀ ਗਰੇਵਾਲ ਕੋ, ਤੋ ਬਹੁਤ ਅੱਛਾ ਅੱਛਾ ਲਗਾ ਮੈਂ। ਕਾਲਜ ਚੱਲਦੀਆਂ ਇਹਦੀਆਂ ਚੀਜ਼ਾਂ? ਯੂਨੀਵਰਸਿਟੀ ਸਾਰੀ ਇਹੀ ਚੀਜ਼ਾਂ ਚੱਲਦੀਆਂ, ਇਲੈਕਸ਼ਨਸ। ਭਾਜੀ ਤੁਹਾਨੂੰ ਕਿਵੇਂ ਲੱਗੀ? ਮੈਨੂੰ ਬਹੁਤ ਵਧੀਆ ਲੱਗੀ ਵੀਰੇ ਮੂਵੀ। ਸਭ ਤੋਂ ਵਧੀਆ ਚੀਜ਼ ਮੈਨੂੰ ਵੀਰੇ ਇੱਕ ਤਾਂ 5 ਕਿਲੋ ਆਟੇ ਵਾਲੀ ਲੱਗੀ, ਜਦੋਂ ਬਾਈ ਜੀ ਉਹਨਾਂ ਨੂੰ ਸਵਾਗਰਾਤ ਵਾਲੇ ਟਾਈਮ ਬਾਈ ਜੀ ਗਾਣਾ, ਅਤੇ ਗਾਣਾ ਜਿਹੜਾ ਆਪਣਾ ਬਾਈ ਉਹਨਾਂ ਨੇ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ। ਉਹ ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ, ਉਹ ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਇਹ ਸੀਗਾ ਜੀ ਪਬਲਿਕ ਰਿਵਿਊ ਫਿਲਮ ਇੱਕ ਸੰਧੂ ਹੁੰਦਾ ਸੀ ਦਾ। ਜਿੰਨੀਆਂ ਐਕਸਪੈਕਟੇਸ਼ਨ ਸੀਗੀਆਂ ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ, ਪੂਰੀਆਂ ਨਹੀਂ, ਉਹਨਾਂ ਨੂੰ ਹੋਰ ਵੱਡਾ ਕਰ ਦਿੱਤਾ ਗਿਆ ਕਿ ਹੁਣ ਜਿਹੜੀਆਂ ਅਗਲੀਆਂ ਫਿਲਮਾਂ ਬਣਾਉਣੀਆਂ ਇਸ ਤੋਂ ਉੱਪਰਲੇ ਲੈਵਲ ਦੀਆਂ ਹੀ ਬਣਾਉਣੀਆਂ ਪੈਣਗੀਆਂ, ਕਿਉਂਕਿ ਇਸ ਫਿਲਮ ਨੇ ਇਹ ਦੱਸ ਦਿੱਤਾ ਕਿ ਪੰਜਾਬੀ ਸਿਨੇਮਾ ਵੀ ਹੁਣ ਬਹੁਤ ਉੱਚੇ ਲੈਵਲ 'ਤੇ ਪਹੁੰਚ ਚੁੱਕਾ ਆ। ਕਿਉਂਕਿ ਸਾਰਿਆਂ ਨੂੰ ਖਾਸ ਇੰਤਜ਼ਾਰ ਸੀਗਾ ਇਸ ਫਿਲਮ ਦੇ ਐਕਸ਼ਨ ਦਾ, ਅਤੇ ਐਕਸ਼ਨ ਸੀਨਸ ਇੱਦਾਂ ਦੇ ਸੀ ਮੈਨੂੰ ਲੱਗਦਾ ਕਿ ਪੰਜਾਬੀ ਮੂਵੀਜ਼ ਦੇ ਵਿੱਚ ਪਹਿਲਾਂ ਉਹ ਕਦੇ ਵੀ ਨਜ਼ਰ ਨਹੀਂ ਆਏ। ਗਿੱਪੀ ਗਰੇਵਾਲ ਜੀ
ਅਤੇ ਨੇਹਾ ਸ਼ਰਮਾ ਜੀ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਸੀ ਸਕਰੀਨ 'ਤੇ। ਬਾਕੀ ਸਾਰੇ ਕਿਰਦਾਰ ਜੇ ਗੱਲ ਕਰਾਂ ਮੈਂ, ਰੌਸ਼ਨ ਪ੍ਰਿੰਸ ਜੀ ਦੀ, ਧੀਰਜ ਕੁਮਾਰ ਜੀ ਦੀ, ਰਘਵੀਰ ਬੋਲੀ, ਅਨਮੋਲ ਕਵਾਤਰਾ, ਹੌਬੀ ਧਾਲੀਵਾਲ, ਸਾਰਿਆਂ ਨੇ ਆਪਣਾ ਕੰਮ ਬਹੁਤ ਸੋਹਣਾ ਕੀਤਾ ਆ। ਅਤੇ ਤੁਸੀਂ ਵੀ ਇਸ ਫਿਲਮ ਨੂੰ ਜ਼ਰੂਰ ਦੇਖੋ। ਪਬਲਿਕ ਨੇ ਤਾਂ ਦੱਸ ਹੀ ਦਿੱਤਾ ਕਿ ਉਹਨਾਂ ਨੂੰ ਇਸ ਫਿਲਮ ਦਾ ਮਿਊਜ਼ਿਕ, ਇਸ ਫਿਲਮ ਦੀ ਕਹਾਣੀ ਸਭ ਕੁਛ ਬਹੁਤ ਪਸੰਦ ਆਈ ਆ। ਤੁਸੀਂ ਵੀ ਸਿਨੇਮਾ ਘਰਾਂ ਵਿੱਚ ਜਾਓ ਅਤੇ ਦੇਖੋ, ਅਤੇ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸੋ ਕਿਵੇਂ ਲੱਗੀ ਤੁਹਾਨੂੰ ਇੱਕ ਸੰਧੂ ਹੁੰਦਾ ਸੀ। ਅਸੀਂ ਇਸ ਫਿਲਮ ਨੂੰ ਦਿੰਦੇ ਹਾਂ 5 ਵਿੱਚੋਂ 4 ਸਟਾਰ। ਦੇਖਦੇ ਰਹੋ ਪੰਜਾਬੀ ਟੇਸ਼ਨ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਿਲੀਜ਼ ਹੋ ਚੁੱਕੀ ਆ ਇੱਕ ਸੰਧੂ ਹੁੰਦਾ